ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਹੈਰਿੰਗ ਬੋਨ ਸਟਿੱਚ ਬਾਰੇ ਦੱਸਾਂਗੀ। ਹੈਰਿੰਗ ਬੋਨ ਸਟਿੱਚ ਨੂੰ ਅਸੀਂ ਕਿਸ ਤਰ੍ਹਾਂ ਬਣਾ ਸਕਦੇ ਹਾਂ। ਹੈਰਿੰਗ ਬੋਨ ਸਟਿੱਚ ਬੇਸਿਕ ਸਟਿੱਚਿਸ ਦੇ ਵਿੱਚੋਂ ਹੀ ਇੱਕ ਹੈ, ਪਰ ਅੱਜ ਅਸੀਂ ਇਸਨੂੰ ਇਮਬਰਾਇਡਰੀ ਦੇ ਰੂਪ ਵਿੱਚ ਕਿਵੇਂ ਤਿਆਰ ਕਰਨਾ ਹੈ, ਮੈਂ ਅੱਜ ਉਸ ਬਾਰੇ ਤੁਹਾਨੂੰ ਦੱਸਾਂਗੀ। ਹੈਰਿੰਗ ਬੋਨ ਸਟਿੱਚ ਇੱਕ ਫਲੈਟ ਸਟਿੱਚ ਹੈ, ਅਤੇ ਹੁਣ ਆਪਾਂ ਇਸਨੂੰ ਸਟਾਰਟ ਕਰਨ ਜਾ ਰਹੇ ਹਾਂ। ਇਸ ਤਰ੍ਹਾਂ ਹੀ ਜਿਵੇਂ ਆਪਾਂ ਫਰੇਮ ਨੂੰ ਸਭ ਤੋਂ ਪਹਿਲੇ ਅਟੈਚ ਕਰਨਾ, ਉਸ ਤੋਂ ਬਾਅਦ ਸੂਈ ਦੇ ਵਿੱਚੋਂ ਧਾਗਾ ਪਾ ਕੇ ਹੈਰਿੰਗ ਬੋਨ ਸਟਿੱਚ ਤਿਆਰ ਕਰਨ ਲਈ ਟਾਂਕਾ ਲੈਣਾ। ਸ਼ੇਪ ਦੇ ਅਕੋਰਡਿੰਗ ਥੋੜ੍ਹਾ ਜਿਹਾ ਟਾਂਕਾ ਸਾਈਡ ਤੋਂ ਕ੍ਰੋਸ ਦੇ ਰੂਪ ਵਿੱਚ ਚੁੱਕਣਾ, ਅਤੇ ਜਿੱਥੋਂ ਪਹਿਲਾਂ ਧਾਗਾ ਨਿਕਲਿਆ ਸੀ ਉਸ ਸਟਿੱਚ ਦੇ ਵਿੱਚੋਂ ਹੀ ਦੁਬਾਰਾ ਟਾਂਕਾ ਫੇਰ ਲੈਣਾ। ਇਸ ਤਰ੍ਹਾਂ ਇਸਨੂੰ ਵਾਰ ਵਾਰ ਰਿਪੀਟ ਕਰਨਾ ਅਤੇ ਸ਼ੇਪ ਦੇ ਮੁਤਾਬਿਕ ਟਾਂਕਾ ਉਠਾਉਂਦੇ ਜਾਣਾ। ਇਹ ਟਾਂਕੇ ਤੁਹਾਡੇ ਬਿਲਕੁਲ ਇਕੁਅਲ ਬਰਾਬਰ ਹੋਣੇ ਚਾਹੀਦੇ ਹਨ, ਤਾਂ ਕਿ ਇੰਬਰਾਇਡਰੀ ਦੀ ਸਫਾਈ ਨੀਟਨੈਸ ਵੀ ਵੇਖੀ ਜਾ ਸਕੇ। ਇਸ ਨੂੰ ਅਸੀਂ ਮਲਟੀ ਥਰੈਡਸ ਨਾਲ ਵੀ ਬਣਾ ਸਕਦੇ ਹਾਂ। ਇਹ ਜ਼ਿਆਦਾਤਰ ਸੂਟਸ ਦੀ ਇੰਬਰਾਇਡਰੀ ਲਈ, ਦੁਪੱਟਿਆਂ ਦੀ ਇੰਬਰਾਇਡਰੀ ਲਈ ਅਤੇ ਫੁਲਕਾਰੀਆਂ ਦੇ ਵਿੱਚ ਜਾਲ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਰੁਮਾਲਾਂ ਦੇ ਕਿਨਾਰਿਆਂ 'ਤੇ ਡੈਕੋਰੇਟਿਵ ਸਟਿੱਚ ਬਣਾਉਣ ਲਈ ਜਾਂ ਫਿਰ ਕਿਸੇ ਕੱਪੜੇ ਦੇ ਵਿੱਚ ਅਗਰ ਕੋਈ ਜੋੜ ਹੋਵੇ ਤਾਂ ਉਸ ਸੀਮ ਨੂੰ ਛੁਪਾਉਣ ਲਈ ਵੀ ਇਹ ਸਟਿੱਚ ਕੀਤਾ ਜਾਂਦਾ ਹੈ। ਇਸ ਨੂੰ ਵਾਰ ਵਾਰ ਰਿਪੀਟ ਕਰਨ ਨਾਲ ਇਹ ਟਾਂਕਾ ਤਿਆਰ ਹੋ ਜਾਂਦਾ ਹੈ, ਅਤੇ ਧਿਆਨ ਵਿੱਚ ਰੱਖਣਾ ਹੈ ਕਿ ਇਹ ਸ਼ੇਪ ਦੇ ਮੁਤਾਬਿਕ ਹੀ ਲਿਆ ਜਾਵੇ। ਤਾਂ ਅਸੀਂ ਹੈਂਡ ਐਮਬਰੋਇਡਰੀ ਵਿੱਚ ਮੱਛੀ ਟਾਂਕੇ ਨੂੰ ਬਣਾਉਂਦੇ ਸਮੇਂ ਅਲੱਗ ਅਲੱਗ ਰੰਗਾਂ ਦਾ ਇਸਤੇਮਾਲ ਕਰ ਸਕਦੇ ਹਾਂ, ਜਿਵੇਂ ਕਿ ਫੁਲਕਾਰੀ ਵਿੱਚ ਮੋਰ ਦੇ ਪੰਖ ਦਾ ਕਲਰ ਅਸੀਂ ਮਲਟੀ ਕਲਰ ਨਾਲ ਲੈਂਦੇ ਹਾਂ, ਮਲਟੀ ਰੰਗਾਂ ਨਾਲ ਲੈਂਦੇ ਹਾਂ। ਅਤੇ ਇਸ ਤਰ੍ਹਾਂ ਹਰ ਇੱਕ ਸ਼ੇਪ ਦੇ ਵਿੱਚ ਸਾਨੂੰ ਅਲੱਗ ਅਲੱਗ ਕਲਰ ਇਸਤੇਮਾਲ ਕਰਨਾ ਚਾਹੀਦਾ ਹੈ, ਤਾਂ ਕਿ ਇੰਬਰੋਇਡਰੀ ਦੀ ਗੈਟਅਪ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਅਤੇ ਅਸੀਂ ਫੁਲਕਾਰੀ ਦੇ ਜ਼ਿਆਦਾਤਰ ਵੈਜੀਟੇਬਲ ਕਲਰਾਂ ਦਾ ਇਸਤੇਮਾਲ ਕਰਨਾ ਚਾਹੀਦਾ। ਇਸ ਨੂੰ ਕੰਪਲੀਟ ਕਰਨ ਤੋਂ ਬਾਅਦ ਇਸ ਦੀ ਫਿਨਿਸ਼ਿੰਗ ਕਰਨ ਲਈ ਅਸੀਂ ਧਾਗਾ ਕੱਪੜੇ ਦੇ ਓਪੋਜ਼ਿਟ ਸਾਈਡ ਕੱਢ ਲਵਾਂਗੇ ਅਤੇ ਥੋੜ੍ਹਾ ਜਿਹਾ ਸਟਿੱਚ ਉਠਾ ਕੇ ਅਸੀਂ ਇਸ ਨੂੰ ਪੂਰੀ ਫਿਨਿਸ਼ਿੰਗ ਦੇਣ ਲਈ ਛੋਟੀ ਜਿਹੀ ਨੋਟ ਲਗਾਵਾਂਗੇ ਇਸ ਤਰ੍ਹਾਂ, ਤਾਂ ਕਿ ਇਹ ਖੁੱਲ੍ਹੇ ਨਾ। ਉਸ ਤੋਂ ਬਾਅਦ ਇਸ ਨੂੰ ਸਮਾਲ ਸੀਜ਼ਰ ਦੀ ਸਹਾਇਤਾ ਨਾਲ ਅਸੀਂ ਪੂਰਾ ਫਿਨਿਸ਼ ਕਰ ਦੇਵਾਂਗੇ। ਇਹ ਸਾਡਾ ਸਟਿੱਚ, ਹੈਰਿੰਗ ਬੋਨ ਸਟਿੱਚ ਤਿਆਰ ਹੋ ਜਾਂਦਾ ਹੈ, ਅਤੇ ਇਸ ਨੂੰ ਅਸੀਂ ਕਿਸੇ ਵੀ ਡਿਜ਼ਾਈਨ ਦੇ ਰੂਪ ਵਿੱਚ ਲੈ ਸਕਦੇ ਹਾਂ, ਜਿਵੇਂ ਕਿ ਇਹ ਡਿਜ਼ਾਈਨ ਹੈਰਿੰਗ ਬੋਨ ਸਟਿੱਚ ਦਾ ਤੁਹਾਡੇ ਸਾਹਮਣੇ ਤਿਆਰ ਕੀਤਾ ਗਿਆ ਹੈ। ਅਸੀਂ ਇਸਨੂੰ ਪੱਟ ਥਰੈਡ ਦੇ ਧਾਗੇ ਨਾਲ ਬਣਾਇਆ ਹੈ, ਅਸੀਂ ਇਸਨੂੰ ਕਿਸੇ ਵੀ ਧਾਗੇ ਨਾਲ ਬਣਾ ਸਕਦੇ।